ਬਰਾਤੀਆਂ ਨੇ ਹੱਥ 'ਚ ਕਿਸਾਨੀ ਝੰਡੇ ਫੜ ਕੇ ਕੀਤੀ ਵਿਆਹ 'ਚ ਐਂਟਰੀ। ਵਿਆਹ 'ਚ ਗੀਤਾਂ ਦੀ ਬਜਾਏ ਗੁੰਜੇ ਕਿਸਾਨਾਂ ਦੇ ਹੱਕ 'ਚ ਨਾਰੇ। ਮਾਨਸਾ ਵਿੱਚ ਇੱਕ ਅਜਿਹਾ ਵਿਆਹ ਵੇਖਣ ਨੂੰ ਮਿਲਿਆ ਜੋ ਪੂਰੀ ਤਰ੍ਹਾਂ ਕਿਸਾਨੀ ਸੰਘਰਸ਼ ਵਿੱਚ ਰੰਗਿਆ ਹੋਇਆ ਨਜ਼ਰ ਆਇਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇੱਕ ਨੌਜਵਾਨ ਦੇ ਵਿਆਹ ਵਿੱਚ ਦੁਲਾ ਦੁਲਹਨ ਨੇ ਕਿਸਾਨੀ ਝੰਡੇ ਲੈ ਕੇ ਪੂਰੀਆਂ ਰਸਮਾਂ ਅਦਾ ਕੀਤੀਆਂ ਅਤੇ ਵਿਆਹ ਵਿੱਚ ਸ਼ਾਮਿਲ ਲੋਕਾਂ ਦੇ ਹੱਥ ਵਿੱਚ ਗਿਫਟ ਨਹੀਂ ਬਲਕਿ ਕਿਸਾਨੀ ਝੰਡੇ ਲੈ ਕੇ ਲੋਕੀ ਵਿਆਹ ਦੇ ਵਿੱਚ ਸ਼ਾਮਿਲ ਹੋਏ ਅਤੇ ਦੁਲਾ ਦੁਲਹਨ ਨੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕਰਕੇ ਪੂਰੀਆਂ ਰਸਮਾਂ ਅਦਾ ਕੀਤੀਆਂ। ਇਸ ਮੌਕੇ ਤੇ ਜ਼ਿਲ੍ਹਾ ਦੇ ਲੰਬਰ ਸਿੰਘ ਨੇ ਦੱਸਿਆ ਕਿ ਇੱਕ ਤਰਫ ਕਿਸਾਨ ਦਿੱਲੀ ਵਿੱਚ ਸੰਘਰਸ਼ ਕਰ ਰਿਹਾ, ਉਸੇ ਦੌਰਾਨ ਉਹਨਾਂ ਦੇ ਵਿਆਹ ਦੀ ਖੁਸ਼ੀ ਮਨਾਉਣ ਦੀ ਬਜਾਏ ਪੂਰੇ ਵਿਆਹ ਨੂੰ ਕਿਸਾਨੀ ਸੰਘਰਸ਼ ਵਿੱਚ ਰੰਗ ਦਿੱਤਾ, ਕਿਉਂਕਿ ਖੁਸ਼ੀਆਂ ਉਦੋਂ ਹੀ ਵਧੀਆ ਲੱਗਦੀਆਂ ਨੇ ਜਦੋਂ ਉਹਨਾਂ ਦੇ ਕੋਲ ਜ਼ਮੀਨ ਹੋਵੇ। ਇਸ ਲਈ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਉਹ ਹਰ ਜਗ੍ਹਾ ਤੇ ਇਵੇਂ ਦਾ ਹੀ ਪ੍ਰੋਟੈਸਟ ਕਰਨ ਲਈ ਮਜਬੂਰ ਹੋ ਚੁੱਕੇ ਨੇ। ਦੂਸਰੀ ਤਰਫ ਵਿਆਹ ਦੇ ਵਿੱਚ ਸ਼ਾਮਿਲ ਬਰਾਤੀਆਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਦਿੱਲੀ ਜਾ ਕੇ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕਰਨਗੇ, ਕਿਉਂਕਿ ਹੁਣ ਲੜਾਈ ਕੇਂਦਰ ਦੇ ਨਾਲ ਸਭ ਨੂੰ ਮਿਲ ਕੇ ਹੀ ਲੜਨੀ ਪਵੇਗੀ। ਸਰ, ਮੈਂ ਆਪਣੀ ਲਾਈਫ ਦੇ ਵਿੱਚ ਪਹਿਲਾਂ ਇੱਕ ਇਸ ਤਰ੍ਹਾਂ ਦੀ ਮੈਰਿਜ ਅਟੈਂਡ ਕੀਤੀ ਹੈ ਜੋ ਅਸੀਂ ਕਿਸਾਨੀ ਝੰਡੇ ਹੱਥਾਂ ਦੇ ਵਿੱਚ ਝੂਲਦੇ ਹੋਏ ਪੈਲਸ ਦੇ ਵਿੱਚ ਲੈ ਕੇ ਮੈਰਿਜ 'ਤੇ ਆ ਰਹੇ ਹਾਂ, ਕਿਉਂਕਿ ਇੱਕ ਤਰ੍ਹਾਂ ਤਾਂ ਸਾਨੂੰ ਆਪਣੇ ਕਿਸਾਨਾਂ ਦੇ ਉੱਤੇ ਫਖਰ ਵੀ ਮਹਿਸੂਸ ਹੈਗਾ ਵੀ ਅਸੀਂ ਝੰਡਿਆਂ ਦੇ ਲਹਿਰਾਉਂਦੇ ਹੋਏ ਅੱਧੀ ਫੈਮਿਲੀ ਦੇ ਨਾਂ ਹੁੰਦਿਆਂ ਹੋਇਆਂ ਮੈਰਿਜ ਕਰ ਰਹੇ ਹਾਂ। ਦੂਜੇ ਪਾਸੇ ਸਾਨੂੰ ਮੋਦੀ ਸਰਕਾਰ ਦੇ ਪ੍ਰਤੀ ਗੁੱਸਾ ਵੀ ਬਹੁਤ ਜ਼ਿਆਦਾ ਗਾ, ਕਿਉਂਕਿ ਸਾਡੇ ਮਾਂ ਬਾਪ ਸਾਰੇ ਸਰਹੱਦਾਂ ਦੀ ਰਾਖੀ ਦੇ ਉੱਤੇ ਬੈਠੇ ਆ, ਆਪਣੇ ਹੱਕਾਂ ਦੇ ਵਾਸਤੇ ਬੈਠੇ ਆ। ਇੱਕ ਤਾਂ ਅਸੀਂ ਪਹਿਲੀ ਬੇਰੁਜ਼ਗਾਰ ਹੈ, ਦੂਜਾ ਸਾਡੀਆਂ ਜ਼ਮੀਨਾਂ ਵੀ ਠੱਪ ਲੀਆਂ, ਹੈ ਨਾ। ਹੁਣ ਸਾਡੇ ਕੋਲ ਰੁਜ਼ਗਾਰ ਕੀ ਹੈ? ਮਾਂ ਬਾਪ ਕੋਲ ਥੋੜ੍ਹੀ ਜ਼ਮੀਨ ਹੁੰਦੀ ਆ ਵਾਹੁਣ ਵਾਸਤੇ, ਉਹ ਵੀ ਮੋਦੀ ਸਰਕਾਰ ਖੋ ਰਹੀ ਆ। ਮੋਦੀ ਸਰਕਾਰ ਇਹ ਨਾ ਸੋਚੇ ਵੀ ਕਿਸਾਨ ਵਾਪਸ ਘਰਾਂ ਨੂੰ ਮੁੜ ਜਾਣਗੇ, ਅਸੀਂ ਕਦੇ ਵੀ ਘਰਾਂ ਨੂੰ ਵਾਪਸ ਮੁੜਨ ਵਾਲੇ ਨਹੀਂ ਹੈਗੇ। ਅਸੀਂ ਆਪਣੇ ਬਾਲ ਬੱਚੇ ਸਭ ਛੱਡ ਕੇ ਉੱਥੇ ਬੈਠਣ ਵਾਲੇ ਹਾਂ ਦਿੱਲੀ ਦੇ ਵਿੱਚ। ਮੈਰਿਜ ਹੋ ਗਈ ਹੈ, ਅਸੀਂ ਕਰ ਲਈ ਆ, ਅੱਧੀ ਇੱਕ ਫੈਮਿਲੀ ਨੇ ਕਰ ਰਹੀ ਹੈ, ਤੁਹਾਨੂੰ ਦੇਖ ਹੀ ਰਿਹਾ ਫੈਮਿਲੀ ਕਿੰਨੀ ਕੁ ਥੋੜ੍ਹੀ ਜੀ ਆ, ਹੈ ਨਾ। ਇਹ ਵੀ ਇੱਕ ਮਜਬੂਰੀ ਹੁੰਦੀ ਆ, ਪਰ ਜ਼ਮੀਨਾਂ ਤੋਂ ਇਲਾਵਾ ਜੱਟਾਂ ਦੇ ਕੋਲ ਕੁਛ ਵੀ ਨਹੀਂ ਹੈਗਾ। ਅਸੀਂ ਮੈਰਿਜ ਆਪਦੀ ਛੱਡ ਵੀ ਸਕਦੇ ਹਾਂ, ਥੋੜ੍ਹੀ ਵੀ ਕਰ ਸਕਦੇ ਹਾਂ, ਪਰ ਉੱਥੇ ਅਸੀਂ ਜ਼ਰੂਰ ਹਰ ਹਾਲਤ ਦੇ ਵਿੱਚ ਪਹੁੰਚਾਂਗੇ ਹੀ ਪਹੁੰਚਾਂਗੇ। ਮੋਦੀ ਸਰਕਾਰ ਨੂੰ ਸਾਡਾ ਇਹੀ ਇੱਕ ਸੁਨੇਹਾ ਵੀ ਉਹ ਕੁਛ ਵੀ ਸਾਨੂੰ ਕਹੇ ਵੀ ਆਪਦਾ, ਉਹਨਾਂ ਨੂੰ ਇਹ ਹੋਊਗਾ ਵੀ ਕਿਸਾਨ ਵਾਪਸ ਖਾਲੀ ਹੱਥ ਪਰਤ ਜਾਣਗੇ, ਪਰ ਕਿਸਾਨ ਹੁਣ ਕਦੇ ਵੀ ਵਾਪਸ ਖਾਲੀ ਹੱਥ ਪਰਤਣ ਵਾਲੇ ਨਹੀਂ ਹੈਗੇ। ਉਹ ਆਪਣਾ ਹੱਕ ਵਾਪਸ ਲੈ ਕੇ ਹੀ ਆਉਣਗੇ, ਇਕੱਲੇ ਪੰਜਾਬ ਵਾਲੇ ਹੀ ਨਹੀਂ, ਸਾਡੇ ਜਿਹੜੇ ਬਾਕੀ ਸੂਬਿਆਂ ਦੇ ਭਰਾ ਵੀ ਸਾਡੇ ਨਾਲ ਪਹੁੰਚੇ ਹੋਏ ਆ, ਹਰਿਆਣੇ ਦੇ, ਰਾਜਸਥਾਨ, ਜੋ ਵੀ ਹੈਗੇ ਆ। ਮੈਨੂੰ ਉਹਨਾਂ ਭਰਾਵਾਂ ਦੇ ਉੱਤੇ ਬੜਾ ਹੀ ਫਖਰ ਮਹਿਸੂਸ ਹੈ ਵੀ ਉਹ ਸਾਡੇ ਨਾਲ ਸਰਹੱਦਾਂ ਦੇ ਉੱਤੇ ਦਿੱਲੀ ਦੇ ਵਿੱਚ ਜਾ ਕੇ ਪਹੁੰਚੇ ਹੈਗੇ ਆ, ਅਤੇ ਅਸੀਂ ਉਹਨਾਂ ਨੂੰ ਵੀ ਨਾਲ ਹੱਕ ਦਵਾਵਾਂਗੇ ਹੀ, ਅਤੇ ਅਸੀਂ ਵੀ ਆਪਦਾ ਹੱਕ ਲੈ ਕੇ ਆਵਾਂਗੇ। ਜਿਹੜੇ ਕਾਲੇ ਕਾਨੂੰਨ ਉਹ ਵਾਪਸ, ਅਸੀਂ ਇਹੀ ਕਹਿਣਾ ਚਾਹਵਾਂਗੇ, ਜਦੋਂ ਸਾਡੇ ਜ਼ਮੀਨਾਂ ਸੀ, ਜਦੋਂ ਸਾਡੇ ਹੱਕ ਸੀ ਸਾਡੇ ਕੋਲ, ਅਸੀਂ ਖੁਸ਼ ਸੀ, ਅਸੀਂ ਆਪਦੀ ਮੌਜ ਨਾਲ ਰਹਿੰਦੇ ਸੀ, ਹੈ ਨਾ। ਹੁਣ ਅਸੀਂ ਜ਼ਮੀਨ ਦੇ ਸਿਰ 'ਤੇ ਸਾਡਾ ਉਹੀ ਰੁਜ਼ਗਾਰ ਸੀ, ਉਹੀ ਸਾਡੀ ਖਾਣ ਪੀਣ ਸੀ, ਉਹ 'ਤੇ ਹੀ ਅਸੀਂ ਖੁਸ਼ ਸੀ, ਉਹੀ ਸਭ ਤੋਂ ਖੋਹ ਲਿਆ ਗਿਆ ਅਸੀਂ, ਫਿਰ ਖੁਸ਼ ਕਿਵੇਂ ਹੋਵਾਂਗੇ? ਰਾਫਲਾਂ ਸਾਨੂੰ ਨਹੀਂ ਪਿਆਰੀਆਂ, ਨਾ ਹੀ ਸਾਨੂੰ ਲੜਾਈ ਪਿਆਰੀ ਹੈ, ਨਾ ਹੀ ਸਾਨੂੰ ਕੁਛ ਹੋਰ, ਨਾ ਹੀ ਅਸੀਂ ਚਾਹੁੰਦੇ ਹਾਂ ਵੀ ਲੜੇ। ਸਾਡੇ ਉੱਤੇ ਕਿੰਨੇ ਮਿਲਦਾ ਡੇਲੀ, ਇੱਕ ਅੱਧਾ ਮੌਤ ਹੁੰਦੀ ਹੁੰਦੀ ਹੈਗੀ, ਕਿਸੇ ਦਾ ਜੀ ਨਹੀਂ ਕਰਦਾ ਵੀ ਆਪਦਾ ਘਰ ਪਰਿਵਾਰ ਛੱਡ ਕੇ ਉੱਥੇ ਐਡੀ ਦੂਰ ਜਾ ਕੇ ਬੈਠੇ, ਇੰਨੀ ਠੰਡ ਹੈ, ਉੱਪਰੋਂ ਕੋਰਾ ਚੱਲਦਾ ਨਾ, ਉੱਪਰੋਂ ਆਪਦਾ ਫਸਲ, ਉੱਪਰੋਂ ਘਰੋਂ ਪਰਿਵਾਰ ਦਾ ਹੋ ਗਿਆ, ਇਕੱਲਾ ਇਕੱਲਾ ਜੀ ਆ ਜਾ ਕੇ ਉੱਥੇ ਬੈਠਾ ਗਾ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜਲਦ ਤੋਂ ਜਲਦ ਸਾਡੇ ਕਾਨੂੰਨ ਰੱਦ ਕੀਤੇ ਜਾਣ, ਕਿਉਂਕਿ ਸਾਡੇ ਜ਼ਮੀਨਾਂ ਬਣਾ ਸਾਡੇ ਕੋਲ ਕੁਛ ਨਹੀਂ, ਇਹੀ ਸਾਡੇ ਕੋਲ ਇੱਕ ਜ਼ਮੀਨ ਆ, ਇਹੀ ਸਾਡੀ ਮਾਂ, ਇਸੇ ਨਾਲ ਹੀ ਅਸੀਂ ਰਹਿਣਾ। ਇਹੀ ਵਿਆਹ ਵਿੱਚ ਸ਼ਾਮਿਲ ਲੋਕਾਂ ਅਤੇ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦਾ ਰੰਗ ਹੁਣ ਲੋਕਾਂ ਦੀਆਂ ਖੁਸ਼ੀਆਂ ਵਿੱਚ ਵੀ ਚੜ੍ਹਨ ਲੱਗ ਗਿਆ। ਕਿਸਾਨ ਨੇਤਾਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ, ਇਸ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਸੰਘਰਸ਼ ਕਰ ਰਿਹਾ। ਇਸ ਲਈ ਅਸੀਂ ਵਿਆਹ ਤੋਂ ਬਾਅਦ ਦਿੱਲੀ ਸੰਘਰਸ਼ ਵਿੱਚ ਸ਼ਾਮਿਲ ਹੋਵਾਂਗੇ। ਉਹਨਾਂ ਕਿਹਾ ਕਿ ਅਜਿਹਾ ਅਨੋਖਾ ਵਿਆਹ ਉਹਨਾਂ ਨੇ ਪਹਿਲਾਂ ਕਦੇ ਵੀ ਨਹੀਂ ਵੇਖਿਆ। ਅਸੀਂ ਕੇਂਦਰ ਦੀ ਸਰਕਾਰ ਦੇ ਤਾਂ ਕਰਕੇ ਕਿ ਜਿਹੜੇ ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਲੈ ਕੇ ਆਈ ਹੈ ਉਹਨਾਂ ਨੂੰ ਰੱਦ ਕਰਾਉਣ ਦੀ ਖਾਤਰ ਦਿੱਲੀ ਦੇ ਵਿੱਚ ਸਾਡਾ ਲਗਭਗ 1.5 ਮਹੀਨਾ ਹੋ ਗਿਆ ਮੋਰਚਾ ਚੱਲੀ ਜਾਂਦੇ ਨੂੰ। ਉਹ ਮੋਰਚੇ ਨੂੰ ਅਸੀਂ ਜਿੱਤ ਕੇ ਲੈ ਕੇ ਆਉਣਾ, ਉਹਨੂੰ ਜਿੱਤ ਕੇ ਲੈ ਕੇ ਆਵਾਂਗੇ, ਅਤੇ ਇੱਥੇ ਵਿਆਹ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਭਵਾਂ ਦੀ ਮੋਦੀ ਸਰਕਾਰ ਦੇ ਅਸੀਂ ਨਾਅਰੇਬਾਜ਼ੀ ਵੀ ਕੀਤੀ ਹੈ ਵਿਆਹ ਦੇ ਵਿੱਚ, ਝੰਡੇ ਵੀ ਲਹਿਰਾਏ ਨੇ ਗੇ ਇੱਥੇ ਵਿਆਹ ਦੇ ਵਿੱਚ, ਤਾਂ ਕਰਕੇ ਜਿਹੜਾ ਸਾਬਕਾ ਸਾਥੋਂ ਹਾਲ ਤੱਕਰ ਵਿਸੜਿਆ ਹੋਇਆ, ਹਾਲ ਤੱਕਰ ਘਰਾਂ ਦੇ ਵਿੱਚ ਬੈਠਾ ਹੈ, ਸਾਡੀ ਗੱਲ ਉਹ ਘਰਾਂ ਤੱਕ ਪਹੁੰਚ ਜਾਏ। ਇਹ ਵਿਆਹਾਂ ਦੇ ਵਿੱਚ ਅਸੀਂ ਤਾਂ ਕਰਕੇ ਇਹ ਕਰ ਰਹੇ ਹਾਂ, ਕੁਛ ਸਾਨੂੰ ਇੰਨੀ ਵੀ ਉਮੀਦ ਹੈਗੀ ਹੈ ਵੀ ਜੇ ਇਹ ਕਾਲੇ ਕਾਨੂੰਨ ਲਾਗੂ ਰਹਿੰਦੇ ਨੇ ਸਾਡੇ ਕੋਲ ਜ਼ਮੀਨਾਂ ਨਹੀਂ ਹੋਣਗਾ, ਫਿਰ ਅਸੀਂ ਬੱਚਿਆਂ ਦੇ ਵਿਆਹ ਕਿੱਥੋਂ ਕਰ ਲਾਂਗੇ? ਆਹ ਪ੍ਰੋਗਰਾਮ ਸਾਥੋਂ ਫਿਰ ਨਹੀਂ ਕਰੇ ਜਾਣੇ, ਤਾਂ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਵਿਆਹ ਦੇ ਵਿੱਚ ਅਸੀਂ ਨਾਅਰੇਬਾਜ਼ੀ ਵੀ ਕੀਤੀ ਹੈ, ਝੰਡੇ ਵੀ ਲਹਿਰਾਏ ਨੇਗੇ, ਤਾਂ ਮੋਦੀ ਸਰਕਾਰ ਨੂੰ ਅਸੀਂ ਜਿੱਤ ਕੇ ਲੈ ਕੇ ਆਉਣਾ, ਜਿੱਤ ਕੇ ਪੰਜਾਬ ਦੇ ਵਿੱਚ ਵੜਾਂਗੇ, ਢੋਲ ਢਮਾਕਿਆਂ ਦੇ ਨਾਲ ਪੰਜਾਬ ਨੂੰ ਫਿਰ ਖੁਸ਼ਹਾਲ ਕਰਾਂਗੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਮਾਨਸਾ ਤੋਂ ਜਲਬੀਰ ਸਿੰਘ ਦੀ ਰਿਪੋਰਟ।